ਤੇ ਮੋਗਾ ਦੀਆਂ ਮੰਡੀਆਂ ਵਿੱਚ ਸੋਨੂ ਸੂਦ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ। ਇਸ ਦੌਰਾਨ ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਵੀ ਉਹਨਾਂ ਨਾਲ ਹਾਜ਼ਰ ਦਿਖਾਈ ਦਿੱਤੀ। ਸੋਨੂ ਸੂਦ ਨੇ ਨਵਜੋਤ ਸਿੰਘ ਸਿੱਧੂ ਦੀ ਤਾਰੀਫ ਕਰਦਿਆਂ ਕਿਹਾ ਕਿ ਨਵਜੋਤ ਸਿੱਧੂ ਨੇ ਬਹੁਤ ਵਧੀਆ ਗੱਲ ਕੀਤੀ ਹੈ ਕਿ ਕੈਪੇਬਿਲਟੀ ਦੇ ਆਧਾਰ ਤੇ ਟਿਕਟਾਂ ਦਿੱਤੀਆਂ ਜਾਣ। ਜੇਕਰ ਕਿਸੇ ਸਹੀ ਵਿਅਕਤੀ ਨੂੰ ਟਿਕਟ ਮਿਲਦੀ ਹੈ ਤਾਂ ਉਹ ਵੀ ਬਦਲਾ ਲਿਆ ਸਕਦਾ ਹੈ। ਸੋਨੂ ਸੂਦ ਹੋਰਾਂ ਵੱਲੋਂ ਕੀਤਾ ਜਾ ਰਿਹਾ ਝੋਨੇ ਕੋਲ ਖੜੇ ਨੇ, ਪੁੱਛ ਲੈਂਦੇ ਕਿ ਕੀ ਗੱਲਬਾਤ ਹੋਈ ਹੈ ਕਿਸਾਨਾਂ ਨਾਲ, ਕੀ ਗੱਲਬਾਤ ਹੋਈ ਹੈ ਸਰ ਅੱਜ ਮੰਡੀ ਪਹੁੰਚੇ ਹੋ? ਤੇ ਬੜਾ ਅੱਛਾ, ਮੈਂ ਉਹੀ ਦੇਖ ਰਿਹਾ ਸੀ ਕਿ ਬਾਸਮਤੀ ਹੈ, ਪੱਖਾ ਲੱਗ ਰਿਹਾ ਇਹਨੂੰ, ਸਫਾਈ ਹੋ ਰਹੀ ਹੈ ਔਰ ਬੜਾ ਇਹਨੂੰ ਸਭ ਮਿਹਨਤੀ ਬੰਦੇ ਕਹਿੰਦੇ ਤਾਂ ਇੱਥੇ ਹੀ ਹੈ ਜਿਹੜੀ ਮੰਡੀਆਂ ਦੇ ਵਿੱਚ ਹੀ ਤੁਹਾਨੂੰ ਮਿਹਨਤੀ ਬੰਦੇ ਮਿਲਣੇ। ਆਪਾਂ ਤਾਂ ਉਨੀ ਮਿਹਨਤ ਨਹੀਂ ਕਰਦੇ ਸ਼ਹਿਰਾਂ 'ਚ ਰਹਿ ਕੇ, ਪਰ ਜਦੋਂ ਇੱਥੇ ਆਉਂਦੇ ਤਾਂ ਵਾਪਸ ਮੋਟੀਵੇਟ ਹੋ ਜਾਂਦੇ ਸਭ ਕਿਸਾਨਾਂ ਨੂੰ ਦੇਖ ਕੇ ਕਿ ਇੰਨਾ ਵਧੀਆ ਔਰ ਇਹਨਾਂ ਦੇ ਕਾਰਨ ਹੀ ਅਸੀਂ ਅੱਜ ਜਿਹੜੇ ਹੈਗੇ ਆਪਾਂ ਆਰਾਮ ਨਾਲ ਰਹਿ ਪਾਉਂਦੇ ਹਾਂ। ਦੱਸ ਰਹੇ ਕਿਸਾਨ ਕੁਛ ਥੋੜੀਆਂ ਬਹੁਤੀਆਂ ਲਿਫਟਿੰਗ ਦੀਆਂ ਕੁਛ ਇਸ ਤਰ੍ਹਾਂ ਦੀ ਸਰ? ਮੈਂ ਉਹੀ ਉਹਨਾਂ ਨੂੰ ਸਭ ਨੂੰ ਪੁੱਛ ਰਿਹਾ ਸੀ ਕੀ ਗੱਲਾਂ ਹੈ, ਤੁਸੀਂ ਦੱਸੋ। ਆਈ ਥਿੰਕ ਸਾਰਿਆਂ ਨੇ ਸ਼ੇਅਰ ਕਰਨਗੇ ਔਰ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੀਆਂ ਗੱਲਾਂ ਸੁਣ ਕੇ ਕਿੱਥੋਂ ਤੱਕ ਅਸੀਂ ਠੀਕ ਕਰ ਸਕਦੇ ਇਹਨਾਂ ਨੂੰ। ਮਾਲਕਾ ਮੈਮ, ਸੋਨੂ ਸੂਦ ਸਰ ਫਿਰ ਅੱਜ ਤੁਹਾਡੇ ਨਾਲ ਵੀ 3 ਦਿਨ ਤੋਂ ਲਗਾਤਾਰ ਜਿਹੜੀ ਕੰਪੇਨਿੰਗ ਇੱਕ ਹਿਸਾਬ ਦੀ ਕਹਿ ਰਹੇ ਹਾਂ ਜਾਂ ਮਿਲ ਰਹੇ ਹੋ, ਮੁਸ਼ਕਿਲਾਂ ਸੁਣ ਰਹੇ ਹੋ, ਕਿਸ ਤਰ੍ਹਾਂ ਲੱਗ ਰਿਹਾ ਮੰਡੀ ਪਹੁੰਚੋ ਅੱਜ? ਮੈਮ ਦੇਖੋ, ਮੁਸ਼ਕਿਲਾਂ ਅਸੀਂ ਸ਼ੁਰੂ ਤੋਂ ਕਰਦੇ ਰਹਿੰਦੇ ਹਾਂ, ਲੇਕਿਨ ਬ੍ਰਦਰ ਇੱਥੇ ਆਇਆ ਤਾਂ ਉਹਨੇ ਵੀ ਜ਼ਾਹਿਰ ਕੀਤਾ ਔਰ ਮੈਂ ਵੀ ਕਿਹਾ ਕਿ ਜ਼ਰੂਰ ਤੁਸੀਂ ਵੀ ਨਾਲ ਚੱਲੋ ਤਾਂ ਕਿ ਤੁਹਾਨੂੰ ਵੀ ਪਤਾ ਲੱਗੇ ਕਿ ਆਪਣੇ ਮੋਗੇ ਸ਼ਹਿਰ ਦੇ ਵਿੱਚ ਆਪਣੇ ਅਲੱਗ ਅਲੱਗ ਜਗ੍ਹਾ 'ਤੇ ਕੀ ਕੀ ਪ੍ਰੋਬਲਮਸ ਲੋਕ ਫੇਸ ਕਰ ਰਹੇ ਹੈ। ਸਰ ਬੰਬੇ ਹੁੰਦੀਆਂ ਇਹ ਚੀਜ਼ਾਂ ਸਰ? ਇਹ ਨਹੀਂ ਦੇਖਣ ਨੂੰ ਮਿਲਦੀਆਂ, ਇਹੀ ਤਾਂ ਇਹੀ ਅਸਲੀ ਬੰਬੇ ਹੈ, ਇਹੀ ਅਸਲੀ ਹਿੰਦੁਸਤਾਨ ਹੈ। ਮੈਨੂੰ ਲੱਗਦਾ ਆਈ ਥਿੰਕ ਇਹ ਬੰਬੇ ਲਿਆਉਣੀਆਂ ਪੈਣੀਆਂ ਹੁਣ ਸਾਨੂੰ। ਬੜਾ ਬੜਾ ਕਮਾਲ ਦਾ ਲੱਗਦਾ ਲਿਖ ਦੇਖ ਕੇ, ਬਹੁਤ ਵਧੀਆ ਲੱਗਦਾ ਹੈ ਸਰ। ਠੀਕ ਹੈ, ਪ੍ਰਬੰਧ ਜਿਹੜੇ ਆ ਜਿੰਨੇ ਆਈ ਥਿੰਕ ਬਹੁਤ ਕਮਾਲ ਦੇ ਆ, ਯੂ ਨੋ, ਇੰਨੀ ਖੂਬਸੂਰਤ ਮੰਡੀਆਂ, ਇੰਨੀਆਂ ਵੱਡੀਆਂ ਮੰਡੀਆਂ ਔਰ ਇੰਨੇ ਮਿਹਨਤੀ ਲੋਕੀ ਕਦੀ ਤੁਹਾਨੂੰ ਸ਼ਾਇਦ ਹੋਰ ਕਿਤੇ ਨਹੀਂ ਦੇਖਣਗੇ। ਔਰ ਕਹਿੰਦੇ ਆ ਕਿ ਮੋਗੇ ਦੀ ਮੰਡੀ ਜਿਹੜੀ ਹੈ ਮਤਲਬ ਦੇਸ਼ ਭਰ 'ਚ ਲੋਕੀ ਜਾਣਦੇ ਨੇ ਔਰ ਆਈ ਥਿੰਕ ਅੱਜ ਜਦੋਂ ਲੋਕੀ ਦੇਖਦੇ ਨੇ ਤਾਂ ਪਤਾ ਲੱਗਦਾ ਕਿ ਉਹ ਮੋਗੇ ਦੀ ਮੰਡੀ ਹੈ, ਮੋਗੇ ਦੀ ਮੰਡੀ ਕਹਿੰਦੇ ਆ। ਸੰਤੁਸ਼ਟ ਹੈ ਸਰ? ਬਹੁਤ ਅੱਛਾ, ਮੇਰੀ ਤਾਂ ਇੱਛਾ ਹੈ ਯਾਰ, ਮੈਨੂੰ ਜੇ ਇਕੱਲੇ ਬਹਿਣ ਤੋਂ ਮੈਂ ਅੱਧਾ ਘੰਟਾ ਇਕੱਲਾ ਹੀ ਬੈਠਾ ਰਹਾਂ ਇੱਥੇ। ਸੋਨੂ ਸੂਦ ਹੋਰੀ ਜਿਹੜੇ ਅੱਜ ਮੰਡੀਆਂ ਦੌਰਾ ਕਰ ਰਹੇ ਨੇ, ਕਿਸਾਨਾਂ ਦੀਆਂ ਮੁਸ਼ਕਲਾਂ ਸੁਣ ਰਹੇ ਨੇ, ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਮੰਡੀ 'ਚ ਫੇਸ ਹੋ ਰਹੀਆਂ। ਸੋ ਇੱਥੇ ਕਿਸਾਨਾਂ ਨਾਲ ਗੱਲਬਾਤ ਹੋਈ ਹੈ, ਹੈਲਦੀ ਟਾਕ ਹੋਈ ਹੈ ਕਿ ਕੀ ਮੁਸ਼ਕਲਾਂ ਉਹਨਾਂ ਨੂੰ ਆ ਰਹੀਆਂ ਅਤੇ ਆਉਣ ਵਾਲੇ ਸਮੇਂ ਜਲਦ ਜਿਹੜੀਆਂ ਮੁਸ਼ਕਲਾਂ ਦਾ ਹੱਲ ਆ ਜਿਹੜਾ ਉਹ ਕੱਢਿਆ ਜਾਊਗਾ। ਨਵਦੀਪ ਸਿੰਘ, ਸੀ ਮੀਡੀਆ, ਮੋਗਾ। ਮਾਲਵਿਕਾ ਸੂਦ ਵੱਲੋਂ ਰਾਜਨੀਤੀ 'ਚ ਪੈਰ ਰੱਖਣ ਤੋਂ ਬਾਅਦ ਲਗਾਤਾਰ ਸਰਗਰਮੀਆਂ ਜਿਹੜੀਆਂ ਵਧਾਈਆਂ ਹੋਈਆਂ ਮਾਲਵਿਕਾ ਸੂਦ ਹੋਰਾਂ ਨੇ ਵੀ ਅਤੇ ਸੋਨੂ ਸੂਦ ਹੋਰਾਂ ਨੇ ਵੀ, ਗੱਲ ਕਰਾਂਗੇ ਸੂਦ ਸਾਹਿਬ ਨਾਲ। ਸੂਦ ਸਾਹਿਬ, ਸਰਗਰਮੀਆਂ ਫੁੱਲ ਪੂਰੀ ਜ਼ੋਰਾਂ 'ਤੇ ਹੈ ਭਾਈ? ਕੋਸ਼ਿਸ਼ ਹੈ ਜਾਰੀ, ਵਾਪਸ ਮੈਂ ਉਹੀ ਮੈਂ ਦੱਸਿਆ ਸੀ ਲਾਸਟ ਟਾਈਮ ਤਾਂ ਪਾਪਾ ਨੇ ਸਕੂਟਰ 'ਤੇ ਆਇਆ ਸੀ ਇੱਥੇ, ਹੁਣ ਵਾਪਸ ਇੱਥੇ ਆ ਗਿਆ, ਅੱਛਾ ਲੱਗ ਰਿਹਾ ਔਰ ਬੜੇ ਸਾਰੇ ਚਰਚੇ ਚਿਹਰੇ ਨੇ ਜਿਹੜੇ ਦੁਕਾਨ 'ਤੇ ਕਦੀ ਮਿਲਣਾ ਹੁੰਦਾ ਸੀ, ਅੱਜ ਅੱਛਾ ਲੱਗ ਰਿਹਾ ਵਾਪਸ। ਸਿੱਧੂ ਸਾਹਿਬ ਕਹਿ ਰਹੇ ਕਿ ਹੁਣ ਜਿਹੜੀਆਂ ਟਿਕਟਾਂ ਹਨ ਉਹ ਦੇਖ ਕੇ ਦਿੱਤੀਆਂ ਜਾਣਗੀਆਂ, ਕੈਪੇਬਿਲਟੀ ਦੇ ਆਧਾਰ 'ਤੇ ਦਿੱਤੀਆਂ ਜਾਣਗੀਆਂ। ਲੱਗਦਾ ਹੁਣ ਸੋਨੂ ਸੂਦ ਸਾਹਿਬ ਜਿਹੜਾ ਕਾਂਗਰਸ ਜੁਆਇਨ ਕਰ ਸਕਦੇ? ਨਹੀਂ, ਐਸਾ ਕੁਛ ਨਹੀਂ, ਆਈ ਥਿੰਕ ਹਰ ਪਾਰਟੀ, ਸਿੱਧੂ ਸਾਹਿਬ ਤਾਂ ਬਹੁਤ ਕਮਾਲ ਦੇ ਹੈ, ਮੈਂ ਬੜਾ ਯੂਨੋ ਉਹਨਾਂ ਨੂੰ ਜਦੋਂ ਵੀ ਮਿਲਦਾ ਬੜੇ ਪਿਆਰ ਨਾਲ ਮਿਲਦੇ ਆ, ਆਈ ਥਿੰਕ ਬੜੀ ਅੱਛੀ ਹੈ ਨਾ ਸਿਰਫ ਪੰਜਾਬ ਦੇ ਵਿੱਚ, ਪੂਰੇ ਹਿੰਦੁਸਤਾਨ ਦੇ ਵਿੱਚ ਜਦੋਂ ਵੀ ਟਿਕਟਾਂ ਵੰਡੀਆਂ ਜਾਣ ਸਿਰਫ ਕੈਪੇਬਿਲਿਟੀ ਨਾਲ ਹੀ ਵੰਡੀਆਂ ਜਾਣੀਆਂ ਚਾਹੀਦੀਆਂ। ਜੇ ਸਹੀ ਬੰਦਾ ਜਿਹੜਾ ਡਿਜ਼ਰਵਿੰਗ ਜੋ ਟਿਕਟ ਮਿਲੂ ਉਹੀ ਬਦਲਾਵ ਲੈ ਕੇ ਆ ਸਕਦਾ ਔਰ ਮੈਂ ਕਹਿੰਦਾ ਹਮੇਸ਼ਾ ਇਹ ਫੋਲੋ ਹੋਣਾ ਚਾਹੀਦਾ। ਕੇਜਰੀਵਾਲ ਸਾਹਿਬ ਵੀ ਆ ਰਹੇ ਆ, ਕੈਸਾਂ ਅਤੇ ਰਾਜਨੀਤਿਕ ਗਲਿਆਰਿਆਂ 'ਚ ਇਹੀ ਹੋ ਰਹੀਆਂ ਕਿ ਬ੍ਰੇਕਫਾਸਟ ਵਿਦ ਸੋਨੂ ਹੋਣਾ ਉਹਨਾਂ ਦਾ। ਮੇਰੇ ਤਾਂ ਘਰ 'ਚ ਹਮੇਸ਼ਾ ਖੁੱਲ੍ਹਾ ਭਾਅ ਜੀ, ਹਮੇਸ਼ਾ ਕਦੀ ਘਰ ਦੇ ਦਰਵਾਜ਼ੇ ਲੱਗੇ ਨਹੀਂ, ਪਰ ਕੋਈ ਵੀ ਆਵੇ ਆਈ ਥਿੰਕ ਆਈ ਮੋਸਟ ਵੈਲਕਮ ਹੈ, ਬੈਸਟ ਆਫ ਬ੍ਰੇਕਫਾਸਟ ਸਭ ਲਈ ਹੈ ਭਾਅ ਜੀ, ਤੁਸੀਂ ਵੀ ਆਓ, ਤੁਹਾਡੇ ਲਈ ਆਪਾਂ ਬ੍ਰੇਕਫਾਸਟ ਅਰੇਂਜ ਕਰਾਂਗੇ। ਟ੍ਰੋਲ ਬਹੁਤ ਹੋ ਰਿਹਾ ਸਰ, ਦੇਖਿਆ ਹੋਊਗਾ ਅਕਸਰ ਤੁਸੀਂ ਟ੍ਰੋਲ, ਸਨੀ ਦਿਓਲ ਅਤੇ ਤੁਹਾਨੂੰ ਦੀ ਫੋਟੋਆਂ ਲੈ ਕੇ ਦੋਨਾਂ ਦੀਆਂ ਲੈ ਕੇ ਟ੍ਰੋਲ ਕੀਤਾ ਜਾ ਰਿਹਾ ਕਿ ਸਨੀ ਜਿਹੜੇ ਦਿਓਲ ਹੈ ਉਹ ਮਿਲਦੇ ਨਹੀਂ ਗੇ ਇੱਥੇ, ਸੋਨੂ ਸੂਦ ਸਾਹਿਬ ਵੀ ਐਂ ਹੋਣਗੇ ਸਰ, ਇਸ ਤਰ੍ਹਾਂ ਦਾ ਟ੍ਰੋਲ ਵੀ ਹੋ ਰਿਹਾ ਬਹੁਤ। ਮੈਂ ਸਰ ਦੇਖਿਆ ਨਹੀਂ ਹੈ, ਮੈਨੂੰ ਪਤਾ ਨਹੀਂ, ਆਈ ਥਿੰਕ ਮੈਂ ਮਿਸ ਕਰ ਗਿਆ ਹੋਊਂਗਾ, ਬਟ ਤੁਹਾਨੂੰ ਤਾਂ ਪਤਾ ਹੀ ਭਾਈ ਮੈਂ ਹਮੇਸ਼ਾ ਹੀ ਤੁਹਾਡੇ ਨਾਲ ਹੀ ਖੜਾ ਹੁੰਦਾ, ਜਦੋਂ ਹੀ ਤੁਸੀਂ ਮੈਨੂੰ ਆਵਾਜ਼ ਮਾਰਦੇ ਮੈਂ ਆ ਹੀ ਜਾਣਾ, ਆਈ ਥਿੰਕ ਆਪਣਾ ਘਰ ਹੈ, ਇੱਥੇ ਪੈਦਾ ਹੋਏ ਹਾਂ, ਇੱਥੇ ਵੱਡੇ ਹੋਏ ਹਾਂ, ਹਮੇਸ਼ਾ ਜ਼ਿੰਦਗੀ ਇੱਥੇ ਬਿਤਾਉਣੀ ਹੈ। ਸੂ ਸਾਹਿਬ, ਕਿਹੜੀ ਪਾਰਟੀ ਇੱਕ ਵੈਸੇ ਦੱਸੋ, ਕਿਹੜੀ ਪਾਰਟੀ ਜ਼ਿਆਦਾ ਝੁਕਾਅ, ਕਿਹੜੀ ਪਾਰਟੀ ਆ? ਕਿਹੜੀ ਪਾਰਟੀ ਇਨਸਾਨੀਅਤ ਦੀ ਪਾਰਟੀ ਹੈ ਔਰ ਹਮੇਸ਼ਾ ਯਾਦ ਰੱਖਿਓ ਇਨਸਾਨੀਅਤ ਦੀ ਹੀ ਰਹੂਗੀ, ਜ਼ਿੰਦਗੀ ਭਰ ਲਈ ਰਹੂਗੀ ਇਨਸਾਨੀਅਤ। ਨਵਦੀਪ ਸਿੰਘ, ਸੀ ਮੀਡੀਆ, ਮੋਗਾ।